ਲੈਵਲ ਦਾ ਇੱਥੇ ਫਿਜ਼ੀਕਲ ਟੀਚਰ ਸਾਹਿਬਾਨ ਅਤੇ ਆਰਟ ਐਂਡ ਕਰਾਫਟ ਟੀਚਰ ਦਾ ਸਰਕਾਰ ਨੂੰ ਇੱਕ ਚੇਤਾਵਨੀ ਦੇਣ ਲਈ ਅਸੀਂ ਇਕੱਠੇ ਹੋਏ ਹਾਂ। ਇਹਦੇ ਵਿੱਚ ਸਰਕਾਰ ਦੀ ਜਿਹੜੀ ਪਾਲਿਸੀ ਬਣੀ ਹੋਈ ਹੈ ਫਿਜ਼ੀਕਲ ਦੀਆਂ ਪੋਸਟਾਂ ਆਰਟ ਐਂਡ ਕਰਾਫਟ ਦੀਆਂ ਪੋਸਟਾਂ ਮਿਡਲ ਸਕੂਲਾਂ ਵਿੱਚੋਂ ਖਤਮ ਕਰਨ ਜਾ ਰਹੇ ਨੇ, ਜੋ ਕਿ ਇੱਕ ਖਿਲਵਾੜ ਹੋ ਰਿਹਾ ਸਮਾਜ ਦੇ ਛੋਟੇ ਛੋਟੇ ਬੱਚਿਆਂ ਲਈ ਖਿਲਵਾੜ ਹੋ ਰਿਹਾ। ਉਹਨਾਂ ਲਈ ਖੇਡਣ ਦਾ ਮੌਕਾ ਜਿਹੜਾ ਟਾਈਮ ਉਹਨਾਂ ਦਾ ਸਮਾਂ ਖੇਡਣ ਦਾ ਹੁੰਦਾ ਉਹ ਇੱਕ ਖੇਡਣ ਦੀ ਬਜਾਏ ਉਹ ਵਿਹਲੇ ਹੋ ਕੇ ਨਸ਼ਿਆਂ ਵੱਲ ਜਾਣ ਦੀ ਉਹਨਾਂ ਦੀ ਤੈਅ ਹੋ ਚੁੱਕੀ ਹੈ। ਸੋ ਇੱਕ ਪਾਸੇ ਇਹ ਸਰਕਾਰਾਂ ਆਪਦੇ ਨਸ਼ੇ ਛਡਾਉਣ ਲਈ ਬਹੁਤ ਯਤਨ ਕਰ ਰਹੀਆਂ ਨੇ, ਮੀਡੀਆ ਵਿੱਚ ਹਰ ਰੋਜ਼ ਬਿਆਨਬਾਜ਼ੀਆਂ ਦੇ ਰਹੇ ਨੇ ਵੀ ਅਸੀਂ ਨਸ਼ੇ ਲਈ ਆਹ ਕਰ ਰਹੇ ਹਾਂ, ਨਸ਼ੇ ਲਈ ਉਹ ਕਰ ਰਹੇ ਹਾਂ, ਪਰ ਇਹ ਦੂਜੇ ਪਾਸੇ ਜਿਹੜੇ ਜਿਸ ਰਸਤੇ ਦੇ ਵਿੱਚ ਬੱਚਿਆਂ ਨੇ ਨਸ਼ੇ ਤੋਂ ਦੂਰ ਹੋਣਾ ਖੇਡਾਂ ਪ੍ਰਤੀ, ਉਹਨਾਂ ਨੂੰ ਇਹ ਪੋਸਟਾਂ ਨੂੰ ਖਤਮ ਕਰਨ ਜਾ ਰਹੇ ਨੇ। ਸਕੂਲਾਂ ਦੇ ਵਿੱਚ ਜਿਵੇਂ ਪ੍ਰਾਇਮਰੀ ਦੇ ਵਿੱਚ ਏ ਬੀ ਸੀ ਸਿਖਾਈ ਜਾਂਦੀ ਹੈ, ਉਵੇਂ ਮਿਡਲ ਸਕੂਲਾਂ ਦੇ ਵਿੱਚ ਹੀ ਫਿਜ਼ੀਕਲ ਨੂੰ ਏ ਬੀ ਸੀ ਸਿਖਾਈ ਜਾਂਦੀ ਹੈ, ਜੋ ਕਿ ਵੱਡੇ ਹੋ ਕੇ ਬੱਚਾ ਇੱਕ 4-5 ਸਾਲ ਲੱਗਦੇ ਨੇ ਕਿਸੇ ਵੀ ਬੱਚੇ ਨੂੰ ਇੱਕ ਚੰਗਾ ਖਿਡਾਰੀ ਬਣਨ ਵਾਸਤੇ। ਅਤੇ ਇਹ ਲੋਕ ਕਹਿੰਦੇ ਆ ਇਸ ਦੀ 1-2 ਦੇ ਵਿੱਚ ਜਾ ਕੇ ਕੰਪੀਟੀਸ਼ਨ ਲੜਨ, ਉਸ ਟਾਈਮ 'ਤੇ ਜਾ ਕੇ ਇਹਨਾਂ ਬੱਚਿਆਂ ਦੇ ਪੱਲੇ ਕੁੱਝ ਨਹੀਂ ਹੋਣਾ। ਜੇ ਅਸੀਂ ਸ਼ੁਰੂ ਦੇ ਵਿੱਚ ਹੀ ਬੱਚਿਆਂ ਨੂੰ ਨਾਸ ਕੁਛ ਸਿਖਾਇਆ, ਇਹ ਜਿਹੜਾ ਸਪੋਰਟਸ ਦੀ ਨੀਤੀ ਹੈ ਇਹ ਬਹੁਤ ਹੀ ਮੰਦਭਾਗਾ ਹੈਗਾ। ਅਸੀਂ ਜਿੰਨੇ ਵੀ ਫਿਜ਼ੀਕਲ ਟੀਚਰ ਸਾਹਿਬਾਨ ਹੈ ਅਤੇ ਆਰਟ ਐਂਡ ਕਰਾਫਟ ਟੀਚਰ ਸਾਹਿਬਾਨ ਹੈ, ਅੱਜ ਜ਼ਿਲ੍ਹੇ ਦੇ ਨਾਲ ਅਸੀਂ ਇਕੱਠੇ ਹੋਏ ਹਾਂ। ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ, ਜੇਕਰ ਇਹ ਆਪਦਾ ਫੈਸਲਾ ਵਾਪਸ ਨਹੀਂ ਲੈਂਦੇ ਅਸੀਂ ਜ਼ਿਲ੍ਹੇ ਪੱਧਰ ਤੋਂ ਉੱਠ ਕੇ ਅਸੀਂ ਸਟੇਟ ਪੱਧਰ ਦੇ ਉੱਤੇ ਇਸ ਸਿੱਖਿਆ ਮੰਤਰੀ ਇਸ ਕੈਪਟਨ ਸਰਕਾਰ ਨੂੰ ਦੁਬਾਰਾ ਤੋਂ ਫਿਰ ਚੇਤਾਵਨੀ ਦਿੰਦੇ ਹਾਂ ਕਿ 2006 ਵਾਲਾ ਟਾਈਮ ਯਾਦ ਕਰ ਲਏ। ਇਹ ਸ੍ਰੀ ਸਿੱਖਿਆ ਅਧਿਆਪਕ ਸਨ ਜਿਹੜੇ ਇਹਨੂੰ ਪੂਰੇ ਵਾਹ ਪਾਈ ਰੱਖਿਆ ਸੀਗਾ ਕੈਪਟਨ ਸਰਕਾਰ ਨੂੰ। ਅੱਜ ਇਹ ਕੈਪਟਨ ਸਰਕਾਰ ਨੂੰ ਮੈਂ ਚੇਤਾਵਨੀ ਦਿੰਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ, ਜੇਕਰ ਸਾਡਾ ਇਹ ਫੈਸਲਾ ਨਹੀਂ ਮੰਨਦੇ, ਆਪਦਾ ਫੈਸਲਾ ਕੀਤਾ ਵਾਪਸ ਨਹੀਂ ਲੈਂਦੇ, ਅਸੀਂ ਇਹਦੇ ਗੰਭੀਰ ਨਤੀਜੇ ਨਿਕਲਣ ਦੀ ਸੰਭਾਵਨਾ ਹੋਊਗੀ। ਅਸੀਂ ਸਾਰਾ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਨੂੰ ਅਤੇ ਸਿੱਖਿਆ ਮੰਤਰੀ ਨੂੰ ਅਤੇ ਪੰਜਾਬ ਦੇ CM ਖੁਰਾਕ ਕੈਪਟਨ ਅਮਰਿੰਦਰ ਸਿੰਘ ਨੂੰ ਸਾਰਾ ਇਹ ਸਿਹਰਾ ਜਾਊਗਾ। ਜੇਕਰ ਕੋਈ ਵੀ ਇਹਦਾ ਨੁਕਸਾਨ ਹੋਊਗਾ, ਚਾਹੇ ਬੱਚਾ ਨੁਕਸਾਨ ਹੋਵੇ ਚਾਹੇ ਕਿਸੇ ਅਧਿਆਪਕ ਦਾ ਨੁਕਸਾਨ ਹੋਵੇ, ਇਹ ਜ਼ਿੰਮੇਵਾਰ ਕੈਪਟਨ ਸਰਕਾਰ ਅਤੇ ਸਿੱਖਿਆ ਮੰਤਰੀ ਇਹਦੇ ਜ਼ਿੰਮੇਵਾਰ ਹੋਣਗੇ। ਹਾਂਜੀ ਸਰ, ਅੱਜ ਅਸੀਂ ਇੱਥੇ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ CNB ਔਰ ਸਿੱਖਿਆ ਦੇ ਸਾਰੇ ਅਧਿਆਪਕ ਇਕੱਠੇ ਹੋਏ ਹਾਂ। ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿ ਸਰਕਾਰ ਨੇ ਜਿਹੜਾ ਨਵੀਂ ਪਾਲਿਸੀ ਬਣਾਤੀ ਹੈ, ਸਰਕਾਰ ਦੇ ਜਿਹੜੇ ਮਿਡਲ ਸਕੂਲ ਹਨ ਉਹਨਾਂ ਦੇ ਵਿੱਚੋਂ ਸਿੱਖਿਆ ਅਧਿਆਪਕਾਂ ਦੀਆਂ ਅਤੇ CNB ਅਧਿਆਪਕਾਂ ਦੀਆਂ ਜਿਹੜੀਆਂ ਖਾਸ ਤੌਰ 'ਤੇ CNB ਵਿੱਚ ਡਰਾਇੰਗ ਵਾਲੇ ਟੀਚਰ ਔਰ PTA ਟੀਚਰ ਦੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹਨਾਂ ਪੋਸਟਾਂ ਨੂੰ ਖਤਮ ਕਰਨ ਨਾਲ ਜਿਹੜਾ ਸਰਕਾਰ ਦਾ ਕੁਛ ਨਹੀਂ ਜਾਣਾ, ਇਹਦੇ ਨਾਲ ਜਿਹੜਾ ਆਮ ਲੋਕਾਂ ਦਾ, ਗਰੀਬ ਲੋਕਾਂ ਦਾ, ਖਾਸ ਤੌਰ 'ਤੇ SABC ਲੋਕਾਂ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਏਗਾ, ਕਿਉਂਕਿ 95% ਤੋਂ ਵੱਧ ਜਿਹੜੀ ਕੈਟਾਗਰੀ ਹੈ ਉਹ SABC ਬੱਚੇ ਜਿਹੜੇ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਹਨ ਉਹ ਸਾਰੇ ਇਹਨਾਂ ਚੀਜ਼ਾਂ ਤੋਂ, ਖੇਡਾਂ ਤੋਂ ਵਾਂਝੇ ਰਹਿ ਜਾਣਗੇ। ਇੱਕ ਪਾਸੇ ਸਰਕਾਰ ਨੇ ਪਾਲਿਸੀ ਬਣਾਈ ਹੈ, ਖੇਡੋ ਪੰਜਾਬ ਪਾਲਿਸੀ ਬਣਾਈ ਹੈ ਔਰ ਉਸਨੂੰ ਲਾਗੂ ਕਰ ਰਹੇ ਹੈ, ਪਰ ਲਾਗੂ ਕਿਸ ਤਰ੍ਹਾਂ ਕੀਤਾ ਜਾਏਗਾ ਜਦੋਂ ਕਿ ਉਹਦੇ ਵਿੱਚ ਉਸਨੂੰ ਖੜਾਉਣ ਵਾਲਾ ਅਧਿਆਪਕ ਹੀ ਨਹੀਂ ਰਹੇਗਾ। ਸੋ ਇਹ ਦਿਖਾਵਾ ਕਰਨ ਵਾਸਤੇ ਇਹ ਪਾਲਿਸੀ ਅਪਣਾ ਰਹੇ ਹੈ, ਕਲੱਬਾਂ ਨੂੰ ਗ੍ਰਾਂਟਾਂ ਦੇ ਰਹੇ ਹੈ, ਪਰ ਅਸਲੀਅਤ ਦੇ ਵਿੱਚ ਕੁਛ ਨਹੀਂ ਹੈ। ਨਵੀਆਂ ਪੋਸਟਾਂ ਲਿਆਉਣ ਦੀ ਬਜਾਏ ਇਹ ਪਹਿਲਾਂ ਵਾਲੀਆਂ ਪੋਸਟਾਂ ਨੂੰ ਹੀ ਜਿਹੜਾ ਖਤਮ ਕਰਨਾ ਚਾਹੁੰਦੇ ਹਨ। ਸੋ ਇਸ ਨਾਲ ਸਾਰੇ ਜਿਹੜੇ ਸਮਾਜ ਦਾ SABC ਸਮਾਜ ਜਿਹੜਾ ਖਾਸ ਤੌਰ 'ਤੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਲੋਕ ਜਿਹੜੀਆਂ ਆਪਣੀਆਂ ਸਹੂਲਤਾਂ ਤੋਂ ਬਿਲਕੁਲ ਵਾਂਝੇ ਰਹਿ ਜਾਣਗੇ, ਨਵੀਆਂ ਸਹੂਲਤਾਂ ਲੈਣ ਦੀ ਬਜਾਏ ਜਿਹੜੀਆਂ ਆਪਣੀਆਂ ਪਹਿਲਾਂ ਵਾਲੀਆਂ ਸਹੂਲਤਾਂ ਹੀ ਹੈ। ਸਰਕਾਰ ਜਿਹੜੀ ਬੱਚਿਆਂ ਤੋਂ ਖੋਹ ਰਹੀ ਹੈ, ਲੋਕਾਂ ਤੋਂ ਖੋਹ ਰਹੀ ਹੈ। ਅੱਜ ਅਸੀਂ ਇੱਥੇ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਕੋਲ ਅਸੀਂ ਇਸ ਸੰਬੰਧੀ ਮੰਗ ਪੱਤਰ ਦੇਣ ਆਏ ਹਾਂ। ਅਗਰ ਇਹ ਸਰਕਾਰ ਇਸ ਸੰਬੰਧੀ ਕੋਈ ਫੈਸਲਾ ਇਸ ਨੂੰ ਮਾਰੂ ਫੈਸਲੇ ਨੂੰ ਨਹੀਂ ਰੋਕਦੀ, ਤਾਂ ਅਸੀਂ ਸਟੇਟ ਪੱਧਰ 'ਤੇ ਵੀ ਆਪਣੇ ਜਿਹੜੇ ਹੈ ਪ੍ਰੋਗਰਾਮ ਕਰਾਂਗੇ ਔਰ ਸਰਕਾਰ ਨੂੰ ਇਸ ਤਰ੍ਹਾਂ ਨਾਲ ਬਿਲਕੁਲ ਕਿ ਅਸੀਂ ਬਿਲਕੁਲ ਚੁੱਪ ਬੈਠੇ ਹਾਂ, ਅਸੀਂ ਹਰੇਕ ਜਿਹੜਾ ਹੈ ਪ੍ਰੋਗਰਾਮ ਉਲੀਕਾਂਗੇ ਆਪਣੀਆਂ ਪੋਸਟਾਂ ਬਚਾਉਣ ਲਈ।